ਸਮੂਹ ਸਰਕਾਰੀ ਮੁਲਾਜ਼ਮਾਂ ਦੀਆਂ ਤਨਖਾਹਾਂ ਨਾ ਜਾਰੀ ਹੋਣ ਕਾਰਨ ਮੁਲਾਜ਼ਮਾਂ ਨੇ ਸੂਬੇ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਖਿਲਾਫ਼ ਜੁਆਇੰਟ ਐਕਸ਼ਨ ਕਮੇਟੀ CPF ਕਰਮਚਾਰੀ ਯੂਨੀਅਨ PSMSU ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਸਾਂਝੇ ਝੰਡੇ ਹੇਠ ਅੱਜ ਜਲੰਧਰ ਦੇ ਡਿਪਟੀ ਕਮਿਸ਼ਨਰ ਦਫ਼ਤਰ ਦੇ ਬਾਹਰ ਰੋਸ ਪ੍ਰਦਰਸ਼ਨ ਕਰਕੇ ਮਨਪ੍ਰੀਤ ਸਿੰਘ ਬਾਦਲ ਦਾ ਪੁਤਲਾ ਸਾੜਿਆ। ਇਸ ਮੌਕੇ ਵਿੱਤ ਮੰਤਰੀ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਤੇ ਐਕਸ਼ਨ ਕਮੇਟੀ ਦੇ ਮੈਂਬਰ ਵੀਨਾ ਅਤੇ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ, ਪੁਤਲਾ ਇਸੇ ਕਰਕੇ ਫੂਕਿਆ ਗਿਆ ਕਿ ਸਾਡੇ ਸਾਰੇ ਇੰਪਲਾਈਜ਼ ਦਾ ਰੋਸ ਆ ਕਿ ਜਿਹੜੀ ਪੰਜਾਬ ਸਰਕਾਰ ਆ, ਸਾਡੇ ਵਿੱਤ ਮੰਤਰੀ ਸਾਹਿਬ ਨੂੰ ਵੀ ਚਾਹੀਦਾ, ਮੁੱਖ ਮੰਤਰੀ ਸਾਹਿਬ ਨੂੰ ਵੀ ਚਾਹੀਦਾ ਕਿ ਸਾਡੀਆਂ ਜਿਹੜੀਆਂ ਹੱਕ ਆ ਸਾਡਾ, ਜਿਹੜਾ ਅਸੀਂ ਸਾਰਾ ਮਹੀਨਾ ਕੰਮ ਕੀਤਾ, ਕਮ ਸੇ ਕਮ ਸਾਨੂੰ ਇਹ ਤਨਖਾਹ ਤਾਂ ਮਿਲੇ, ਉਹ ਜ਼ਰੂਰ ਮਿਲਣੀ ਚਾਹੀਦੀ ਆ ਸਾਨੂੰ। ਬਸ ਇਹ ਸਾਡੀ ਇਹੀ ਆ ਕਿ ਵਿੱਤ ਮੰਤਰੀ ਸਾਹਿਬ ਨੂੰ ਵੀ ਇਹੀ ਰਿਕੁਐਸਟ ਆ ਕਿ ਮੁੱਖ ਮੰਤਰੀ ਸਾਹਿਬ ਨੂੰ ਵੀ ਇਹੀ ਰਿਕੁਐਸਟ ਹੈ ਕਿ ਸਾਡੀਆਂ ਤਨਖਾਹਾਂ ਜਲਦੀ ਰਿਲੀਜ਼ ਕਰ ਦੇਣ, ਕਿਉਂਕਿ ਮਹਿੰਗਾਈ ਤਾਂ ਪਹਿਲਾਂ ਹੀ ਇੰਨੀ ਵੱਧ ਚੁੱਕੀ ਆ, ਖਰਚੇ ਤਾਂ ਵੈਸੇ ਨਹੀਂ ਪੂਰੇ ਹੁੰਦੇ ਹੈਗੇ, ਬਾਕੀ ਸਾਰੇ ਬਿੱਲ ਅਦਾ ਕਰਨ ਵਾਲੇ ਰਹਿੰਦੇ ਆ, ਕਿਉਂਕਿ ਉਹ ਵੀ ਜ਼ਰੂਰੀ ਆ, ਅਤੇ ਇਸ ਕਰਕੇ ਸਾਡੀ ਤਨਖਾਹ ਜ਼ਰੂਰ ਜਲਦੀ ਰਿਲੀਜ਼ ਹੋਣੀ, ਸਾਡੀ ਇਹੀ ਰਿਕੁਐਸਟ ਆ। ਅੱਜ ਜੁਆਇੰਟ ਐਕਸ਼ਨ ਕਮੇਟੀ ਜਲੰਧਰ ਵੱਲੋਂ ਸਾਂਝੇ ਰੂਪ ਦੇ ਵਿੱਚ ਜਲੰਧਰ ਦੀਆਂ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਲੈ ਕੇ ਅੱਜ ਮਨਪ੍ਰੀਤ ਬਾਦਲ ਜੋ ਕਿ ਪੰਜਾਬ ਦੇ ਵਿੱਤ ਮੰਤਰੀ ਨੇ, ਉਹਨਾਂ ਦਾ ਪੁਤਲਾ ਸਾੜਿਆ ਗਿਆ ਅਤੇ ਸਰਕਾਰ ਦੇ ਵਿਰੁੱਧ ਜਿਹੜੀ ਨਾਅਰੇਬਾਜ਼ੀ ਹੈ ਉਹ ਕੀਤੀ ਗਈ ਹੈ। ਉਹਦਾ ਇੱਕੋ ਇੱਕ ਕਾਰਨ ਹੈ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਤਨਖਾਹਾਂ 'ਤੇ ਬੇਲੋੜੀ ਰੋਕ ਲਗਾਉਣੀ। ਅਸੀਂ ਸਰਕਾਰ ਨੂੰ ਇਹ ਪੁੱਛਣਾ ਚਾਹੁੰਦੇ ਹਾਂ ਕਿ ਜਿਹੜਾ ਇੱਕ ਮੁਲਾਜ਼ਮ 9 ਤੋਂ 5 ਆਪਣੀ ਡਿਊਟੀ ਕਰ ਰਿਹਾ, ਜਿਹੜਾ ਮੁਲਾਜ਼ਮ ਦਫ਼ਤਰਾਂ ਦੇ ਵਿੱਚ ਫੀਲਡ ਦੇ ਵਿੱਚ ਸਰਕਾਰ ਦੀਆਂ ਨੀਤੀਆਂ ਨੂੰ ਲੈ ਕੇ ਜਾ ਰਿਹਾ, ਅਤੇ ਜੇਕਰ ਉਹਨੂੰ ਸਮੇਂ ਸਿਰ ਤਨਖਾਹ ਹੀ ਨਹੀਂ ਦੇਣੀ ਤਾਂ ਫਿਰ ਉਹ ਮੁਲਾਜ਼ਮ ਹੋਰ ਕਰੇਗਾ ਕੀ? ਜੇ ਅਸੀਂ ਸੜਕਾਂ 'ਤੇ ਨਹੀਂ ਆਵਾਂਗੇ ਤਾਂ ਅਸੀਂ ਕਿੱਥੇ ਜਾਵਾਂਗੇ? ਅਸੀਂ ਸੜਕਾਂ ਦੇ ਉੱਤੇ ਨਹੀਂ ਆਉਣਾ ਚਾਹੁੰਦੇ। ਮੁਲਾਜ਼ਮ ਜਥੇਬੰਦੀਆਂ ਵੱਖ ਵੱਖ ਮੰਗਾਂ ਲਈ ਬਣੀਆਂ ਹੁੰਦੀਆਂ, ਪਰ ਇਹ ਪਹਿਲੀ ਵਾਰ ਪੰਜਾਬ ਦੇ ਹਾਲਾਤ ਨੇ ਕਿ ਅਸੀਂ ਤਨਖਾਹਾਂ ਦੇ ਲਈ ਸੜਕਾਂ ਦੇ ਉੱਤੇ ਸਰਕਾਰ ਦੇ ਵਿਰੁੱਧ ਆਏ ਹਾਂ। ਅਸੀਂ ਵੱਖ ਵੱਖ ਪੰਜਾਬ ਦੀਆਂ ਜਥੇਬੰਦੀਆਂ ਨਾਲ ਤਾਲਮੇਲ ਕਰ ਰਹੇ ਹਾਂ। ਅੱਜ ਵੀ ਸਾਰੇ ਪੰਜਾਬ ਭਰ ਦੇ ਵਿੱਚ ਜਿਹੜੇ ਇਹੋ ਜਿਹੇ ਰੋਸ ਪ੍ਰਦਰਸ਼ਨ ਨੇ ਉਹ ਚੱਲ ਰਹੇ ਨੇ। ਜੇਕਰ ਨਹੀਂ ਆਉਂਦੀ ਤਾਂ ਅਸੀਂ ਪੰਜਾਬ ਨੂੰ ਚੱਕਾ ਜਾਮ ਵਾਲੇ ਪਾਸੇ ਨੂੰ ਲੈ ਕੇ ਚੱਲਾਂਗੇ, ਕਿਉਂਕਿ ਅੱਜ ਵੀ ਜਲੰਧਰ ਦੇ ਸਾਰੇ ਵਿਭਾਗ ਜਿਹੜੀਆਂ ਵੱਖ ਵੱਖ ਕੈਟਾਗਰੀਆਂ ਤੋਂ ਬਿਲੋਂਗ ਕਰਦੇ ਨੇ, ਉਹਨਾਂ ਵੱਲੋਂ ਇਹੀ ਗੱਲ ਵਾਰ ਵਾਰ ਆਈ ਹੈ ਕਿ ਜੇਕਰ ਮੁਲਾਜ਼ਮਾਂ ਨੂੰ ਤਨਖਾਹਾਂ ਦੇ ਲਈ ਵੀ ਸਾਨੂੰ ਇੱਥੇ ਬੈਠਣਾ ਪਿਆ ਤਾਂ ਫਿਰ ਅਸੀਂ ਟੋਟਲੀ ਚੱਕਾ ਜਾਮ ਕਰਕੇ ਉਦੋਂ ਹੀ ਉੱਠਾਂਗੇ ਜਦੋਂ ਸਰਕਾਰ ਸਾਨੂੰ ਤਨਖਾਹਾਂ ਦੇਗੀ। ਅਸੀਂ ਸਰਕਾਰ ਨੂੰ 3 ਤੋਂ 4 ਦਿਨ ਦਾ ਟਾਈਮ ਦਿੰਦੇ ਹਾਂ। ਜੇ 3-4 ਦਿਨ ਦੇ ਵਿੱਚ ਉਹ ਤਨਖਾਹ ਰਿਲੀਜ਼ ਹੁੰਦੀ ਠੀਕ ਆ, ਨਹੀਂ ਤਾਂ 3 ਡਿਪਾਰਟਮੈਂਟਾਂ 'ਚ ਪਹਿਲਾਂ ਹੀ ਹੜਤਾਲ ਚੱਲ ਰਹੀ ਹੈ, ਅਤੇ ਜੇਕਰ ਤਨਖਾਹ ਉਹਨਾਂ ਡਿਪਾਰਟਮੈਂਟਾਂ ਨੂੰ ਜਾਰੀ ਨਾ ਹੋਈ ਤਾਂ ਪੰਜਾਬ ਦਾ ਸਾਰਾ ਮੁਲਾਜ਼ਮ ਇੱਕ ਝੰਡੇ ਥੱਲੇ ਆ ਕੇ ਪੰਜਾਬ ਸਰਕਾਰ ਦੇ ਵਿਰੁੱਧ ਇਹ ਆਵਾਜ਼ ਉਠਾਏ।